ਇੱਕ ਕੈਨੇਡਾ ਦੇ ਉਹ ਵੇਲੇ ਦੀ ਗੱਲ ਆ ਜਦੋਂ 75 ਰੁਪਈਆ ਦੇ ਵਿੱਚ ਬੰਦਾ ਇੰਡੀਆ ਤੋਂ ਕੈਨੇਡਾ ਆ ਜਾਂਦਾ ਸੀ ਆਇਆ ਸੀ ਇੱਕ ਆਪਣਾ ਪੰਜਾਬੀ 1919 ਦੇ ਵਿੱਚ ਤਾਂ ਉਹਨਾਂ ਨੇ ਗੁਰਦੁਆਰਾ ਸਾਹਿਬ ਸਥਾਪਿਤ ਕਰਦਾ ਸੀ ਜਿੰਨਾ ਵੇਲੇ ਚ ਉਹ ਕੈਨੇਡਾ ਆਏ ਇੱਥੇ ਨਾ ਵੋਟ ਪਾਉਣ ਦਾ ਨਾ ਮਸ਼ੀਨਰੀ ਚਲਾਉਣ ਦਾ ਨਾ ਕੋਈ ਜ਼ਮੀਨ ਖਰੀਦਣ ਦਾ ਨਾ ਕੋਈ ਕੰਪਨੀ ਖੜੀ ਕਰਨ ਦਾ ਕੋਈ ਅਧਿਕਾਰ ਹੀ ਨਹੀਂ ਸੀ ਹੁੰਦਾ ਪਰਦੇਸੀਆਂ ਨੂੰ ਪ੍ਰਵਾਸੀਆਂ ਨੂੰ ਉਹਨਾਂ ਦਿਨਾਂ ਦੇ ਵਿੱਚ ਮਿਹਨਤ ਕਰਕੇ ਆਪਣੀ ਕੌਮ ਨੂੰ ਇਸ ਥਾਂ ਤੇ ਖੜਾ ਕੀਤਾ ਜਿਸ ਪੰਜਾਬੀ ਦੀ ਕਹਾਣੀ ਬੜੇ ਮਾਣ ਨਾਲ ਦੱਸਣ ਜਾ ਰਹੇ ਹਾਂ ਤਾਂ ਜਿਹਨੂੰ ਤੁਸੀਂ ਬੜੇ ਮਾਣ ਨਾਲ ਸੁਣੋਗੇ ਉਹਦੀ ਜ਼ਿੰਦਗੀ ਦੇ ਵਿੱਚ ਬੜੇ ਉਤਰਾ ਚੜਾਏ ਕੈਨੇਡਾ ਦੇ ਵਿੱਚ 800 ਕਿੱਲੇ ਦਾ ਮਾਲਕ ਵੀ ਬਣਿਆ ਫਿਰ ਜ਼ਿੰਦਗੀ ਦੇ ਵਿੱਚ ਬੜੀ ਵਾਰ ਖਤਮ ਹੋਇਆ ਫਿਰ ਉੱਠਿਆ ਦੇਸ਼ ਦੀ ਆਜ਼ਾਦੀ ਦੇ ਵਿੱਚ ਵੀ ਵੱਡਾ ਯੋਗਦਾਨ ਪਾਇਆ ਕਾਮਾਗਾਟਾ ਮਾਰੂ ਲਹਿਰ ਦੇ ਵਿੱਚ ਵੱਡਾ ਯੋਗਦਾਨ ਪਾਇਆ ਇਹਨਾਂ ਦਾ ਯੋਗਦਾਨ ਤੇ ਨਾ ਆਪਣੇ ਸਮੇਂ ਦੇ ਵਿੱਚ ਇੰਨਾ ਵੱਡਾ ਸੀ ਕਿ ਪੰਡਿਤ ਜਵਾਹਰ ਲਾਲ ਨਹਿਰੂ ਇੰਡੀਆ ਤੋਂ ਸਪੈਸ਼ਲ ਥੈਂਕ ਯੂ ਕਰਨ ਵਾਸਤੇ ਕੈਨੇਡਾ ਇਹਨਾਂ ਦੇ ਘਰੇ ਆਏ ਸੀ ਪੰਜਾਬੀਓ ਤੁਹਾਨੂੰ ਬਹੁਤ ਵੱਡੀ ਮਾਣ ਕਰਨ ਵਾਲੀ ਕਹਾਣੀ ਮਿਲੀ ਹੋਈ ਹੈ ਸ਼ੇਅਰ ਕਰਿਓ ਨਾਲੇ ਸਾਰੀ ਸੁਣਿਓ ਹਾਂਜੀ ਸਾਸ਼ਟਰੀ ਕਾਲ ਜੀ ਸਾਰਿਆਂ ਨੂੰ ਅੱਜ ਤੁਹਾਨੂੰ ਮੈਂ ਵਿਕਟੋਰੀਆ ਤੋਂ ਤਕਰੀਬਨ 100 ਕਿਲੋਮੀਟਰ ਦੂਰ ਲੈ ਕੇ ਆ ਗਿਆ ਵਾਂ ਇੱਕ ਟਾਪੂ ਦੀ ਤਰ੍ਹਾਂ ਵਿਕਟੋਰੀਆ ਇੱਕ ਸ਼ਹਿਰ ਆ ਬੀਸੀ ਦੀ ਆ ਕਹਿ ਸਕਦੇ ਬੀਸੀ ਦੀ ਰਾਜਧਾਨੀ ਆ ਇਹ ਕੈਨੇਡਾ ਦੇ ਵਿੱਚ ਪਰ ਉਸ ਥਾਂ ਇੱਕ ਨਾਂ ਇੱਕ ਐਸਾ ਵਾ ਪਾਲਦੀ ਪਾਲਦੀ ਇੱਕ ਹਿਸ਼ਾਰਪੁਰ ਕੋਲੇ ਪਿੰਡ ਹੁੰਦਾ ਸੀ ਉਸ ਪਿੰਡ ਦੇ ਨਾਂ ਤੇ ਇੱਥੇ ਕੈਨੇਡਾ ਦੇ ਵਿੱਚ ਇੱਕ ਪਿੰਡ ਵਸਾਇਆ ਗਿਆ ਸੀ ਮਯੋ ਸਿੰਘ ਨੇ ਤੇ ਤੁਹਾਨੂੰ ਮੈਂ ਦੱਸ ਦੂ ਸਾਰੀ ਗੱਲਬਾਤ ਕਰਾਂਗੇ ਅੱਜ ਤੋਂ 100 ਸਾਲ ਪਹਿਲਾਂ ਦੀ ਗੱਲਬਾਤ ਦਾ ਸਵਾ 100 ਸਾਲ ਲਗਭਗ ਹੋ ਗਿਆ ਜਦੋਂ ਦਬਾਬੇ ਦੇ ਵਿੱਚ ਹਸ਼ਰਪੁਰ ਦੇ ਏਰੀਆ ਦੇ ਵਿੱਚ ਨਾ ਅਕਸਰ ਜ਼ਮੀਨਾਂ ਬਹੁਤ ਘੱਟ ਸੀ ਤਾਂ ਲੋਕ ਆਰਥਿਕ ਤੰਗੀਆਂ ਦੇ ਕਰਕੇ ਇਧਰਲੇ ਪਾਸੇ ਨੂੰ ਆਉਣੇ ਸ਼ੁਰੂ ਹੋ ਗਏ ਸੀਗੇ ਤੇ ਇਹ ਦੇਖੋ ਇੱਥੇ ਹਾਈਵੇ ਜਾਂਦਾ ਵਾ ਆਹ ਇੱਕ ਛੋਟਾ ਰਾਹ ਆ ਗਿਆ ਉਸ ਰਾਹ ਤੋਂ ਆਪਾਂ ਇਧਰ ਐਂਟਰ ਕਰਾਂਗੇ ਆ ਇਧਰਲੇ ਪਾਸੇ ਆ ਦਿਖਾ ਦਿਓ ਇਹ ਰਾਹ ਜਾਂਦਾ ਪਾਲਦੀ ਵਾਲੇ ਪਾਸੇ ਜਿੱਥੇ ਕਿਹਾ ਜਾਂਦਾ ਵੀ ਜਿਹਦੇ ਕੋਲੇ 800 ਏਕੜ ਜ਼ਮੀਨ ਹੁੰਦੀ ਸੀ ਤੇ ਜਦੋਂ ਉਹ ਸੌਂਦਾ ਸੀ ਆ ਦੱਸਿਆ ਜਾਂਦਾ ਸਰਹਾਣਿਆਂ ਇਹ ਰਪਈਆਂ ਦੇ ਨਾਲ ਭਰੇ ਹੋ ਸਰਹਾਣੇ ਹੁੰਦੇ ਸੀਗੇ ਸਾਰੀ ਗੱਲਬਾਤ ਕਰਦੇ ਹੋਂ ਤੇ ਗੁਰੂ ਘਰ ਵੀ ਬਣਾਇਆ ਗਿਆ ਸੀ ਸਕੂਲ ਵੀ ਬਣਾਇਆ ਗਿਆ ਸੀ ਉਹਨਾਂ ਨੇ ਲੰਬਰ ਮਿਲ ਚਲਾਈ ਸੀ ਕਿ ਅੰਗਰੇਜ਼ਾਂ ਤੋਂ ਲੈ ਕੇ ਕਿਉਂਕਿ ਉਹਨਾਂ ਵੇਲਿਆਂ ਦੇ ਵਿੱਚ ਇਹਨਾਂ ਨੂੰ ਅਧਿਕਾਰ ਵੀ ਨਹੀਂ ਸੀਗਾ ਬੋਰਡ ਪਾਉਣ ਦਾ ਅਧਿਕਾਰ ਵੀ ਨਹੀਂ ਸੀ ਤੇ ਫੈਕਟਰੀ ਲਾਉਣ ਦਾ ਅਧਿਕਾਰ ਵੀ ਨਹੀਂ ਸੀ ਇੱਥੋਂ ਤੱਕ ਕਿ ਕੋਈ ਮਸ਼ੀਨ ਚਲਾਉਣ ਦਾ ਅਧਿਕਾਰ ਵੀ ਨਹੀਂ ਸੀ ਤੋਂ ਉਹਨਾਂ ਵੇਲਿਆਂ ਦੇ ਵਿੱਚ ਮਿਹਨਤ ਮੁਸ਼ਕਤ ਕੀਤੀ ਸੀ ਪਾਲਦੀ ਵਾਲੇ ਸਰਦਾਰਾਂ ਨੇ ਉਸ ਸਮਿਆਂ ਦੇ ਨੇ ਤੇ ਅਜੇ ਉੱਥੇ ਚੱਲਦੇ ਆ ਗੱਲਬਾਤ ਕਰਦੇ ਆ ਕਿਵੇਂ ਆ ਹੁਣ ਪਿੰਡ ਆਉ ਚੱਲ ਗਏ ਹਾਂਜੀ ਉਹ ਇਸ ਵਕਤ ਆਪਾਂ ਗੁਰਦੁਆਰਾ ਸਾਹਿਬ 'ਚ ਪਹੁੰਚ ਚੁੱਕੇ ਆ ਪਾਲਦੀ ਜਿਹੜਾ ਕਿ 1919 ਦੇ ਵਿੱਚ ਸਥਾਪਿਤ ਹੋਇਆ ਸੀ ਇਹਨਾਂ ਨੇ ਸੈਕ ਟੈਂਪਲ ਲਿਖਿਆ ਵਾ ਟੈਂਪਲ ਲਫ਼ਜ਼ ਕਿੰਨਾ ਘਟਕਮਾ ਵਾ ਇਹ ਇੱਕ ਦੇਖਣਾ ਹੀ ਗੱਲ ਆ ਮੰਦਿਰ ਗੁਰਦੁਆਰਾ ਗਿਰਜ਼ਾ ਘਰ ਹੈ ਤਾਂ ਸਾਰੇ ਰੱਬ ਦੇ ਨਾਂ ਹੀ ਆ ਹਨਾ ਪਰ ਇੱਥੇ ਜ਼ਿਆਦਾਤਰ ਟੈਂਪਲ ਲਫ਼ਜ਼ ਵਰਤਿਆ ਜਾਂਦਾ ਇਹ 1919 ਦੇ ਵਿੱਚ ਗੁਰਦੁਆਰਾ ਸਾਹਿਬ ਸਥਾਪਿਤ ਕੀਤਾ ਗਿਆ ਸੀ ਇਧਰਲੇ ਪਾਸੇ ਅੱਗੇ ਚੱਲਦੇ ਆ ਜਦੋਂ ਅਸੀਂ ਇੱਥੇ ਰੁਕੇ ਮੈਨੂੰ ਯਾਰ ਬੋਰਡ ਨੇ ਖਿੱਚਿਆ ਬਾਈ ਜੀ ਰਾਹ ਚ ਵੀ ਪਹਿਲਾਂ ਪਾਲ ਦੀ ਆਇਆ ਨਾ ਯਾਰ ਆਪਣੀ ਕੌਮ ਨੇ ਕਿੰਨੀਆਂ ਕਰਵਾ ਕਹਿ ਲਿਆ ਕਿ ਵੱਡਾ ਕੰਮ ਕੀਤਾ ਉਹਨਾਂ ਵੇਲੇ ਦਾ ਮਈਆ ਸਿੰਘ ਅਸਲ ਦੇ ਵਿੱਚ ਨਾਂ ਸੀਗਾ ਹੁਸ਼ਿਆਰਪੁਰ ਦੇ ਏਰੀਆ ਚ ਬਾਈ ਜੀ ਚੱਲੇ ਸੀਗੇ ਹਾਂਜੀ ਹਾਂਜੀ 1919 ਦੇ ਵਿੱਚ ਗੁਰਦੁਆਰਾ ਸਾਹਿਬ ਦੀ ਸਥਾਪਨਾ ਕੀਤੀ ਗਈ 1928 ਦੇ ਵਿੱਚ ਇਹਦਾ ਆਕਾਰ ਵੱਡਾ ਕੀਤਾ ਗਿਆ ਸੀਗਾ ਬਹੁਤ ਵਾਰੀ ਨੂੰ ਅੱਗ ਦਾ ਸਾਹਮਣਾ ਵੀ ਕਰਨਾ ਪਿਆ ਘੱਟੋ ਘੱਟ 2-3 ਵਾਰ ਤਾਂ ਦੁਬਾਰੇ ਨਿਰਮਾਣ ਹੋਇਆ ਵਾ ਮਈਆ ਸਿੰਘ ਨਾਂ ਦਾ ਸ਼ਖਸ ਸੀ ਜਿਹੜਾ ਇਸ ਇੱਥੇ ਇਸ ਏਰੀਏ 'ਚ ਆਇਆ ਸੀ 800 ਏਕੜ ਜ਼ਮੀਨ ਦਾ ਮਾਲਕ ਸੀ ਉਹਨਾਂ ਵੇਲੇਾਂ ਦੇ ਵਿੱਚ ਪਹਿਲਾਂ ਉਹ ਹੁਸ਼ਾਰਮਾਲਪੁਰ ਦੇ ਨੇੜੇ-ਤੇੜ ਦੇ ਏਰੀਏ ਦੇ ਵਿੱਚ ਸੀ ਪਹਿਲਾਂ ਨਾ ਉਦੋਂ ਥਾਣੇ ਦੇ ਵਿੱਚ ਨੇੜੇ ਤੇ ਪਰਮਿਸ਼ਨ ਲੈਣੀ ਪੈਂਦੀ ਹੁੰਦੀ ਸੀਗੀ ਉਹ ਰਾਹਦਾਰੀ ਦਿੰਦੇ ਸੀ ਫਿਰ ਉੱਥੋਂ ਕਲਕੱਤੇ ਕਲਕੱਤੇ ਤੋਂ ਕਹਿੰਦੇ ਸਿੰਗਾਪੁਰ ਹਾਂਗਕਾਂਗ ਤੋਂ ਬਾਇ ਅਮਰੀਕਾ ਹੁੰਦੇ ਸੀ ਅਮਰੀਕਾ ਇੱਥੇ ਨਾ ਪੈਸੀਫਿਕ ਰੇਲਵੇ ਲਾਈਨ ਬਿਚਾਉਂਦੇ ਸੀ ਕੰਪਨੀ ਦਾ ਨਾਮ ਸੀ ਕੋਸ਼ ਇਦਾਂ ਦਾ ਉਹ ਰੇਲਵੇ ਲਾਈਨ ਬਿਚਾਉਂਦੇ ਬਿਚਾਉਂਦੇ ਫਿਰ ਭੱਜ ਕੇ ਇੱਧਰ ਬੀਸੀ ਵਾਲੇ ਪਾਸੇ ਆ ਜਾਂਦੇ ਸੀਗੇ ਆਪਾਂ ਇਸ ਵਕਤ ਬੀਸੀ ਦੇ ਵਿੱਚ ਹੀ ਆ ਫਿਰ ਉਹ ਰੇਲਵੇ ਲਾਈਨ ਕਿਉਂਕਿ ਤਕੜਾ ਕੰਮ ਸੀ ਚੀਨੀ ਪੰਜਾਬੀ ਤੇ ਜਪਾਨੀ ਇਹ ਜ਼ਿਆਦਾਤਰ ਕੰਮ ਕਰਦੇ ਸੀ ਗੋਰਿਆਂ ਨੂੰ ਤਨਖਾਹ ਵੱਧ ਮਿਲਦੀ ਹੁੰਦੀ ਸੀ ਪੰਜਾਬੀਆਂ ਨੂੰ ਘੱਟ ਮਿਲਦੀ ਸੀ ਚੀਨੀਆਂ ਨੂੰ ਉਦੋਂ ਘੱਟ ਮਿਲਦੀ ਸੀ ਜਪਾਨੀਆਂ ਨਾਲ ਸੇਮ ਹੀ ਸੀਗਾ ਉਸ ਸਮੇਂ ਗੋਰੇ ਨਫ਼ਰਤ ਕਰਦੇ ਹੁੰਦੇ ਸੀ ਇਸ ਬਾਕੀ ਦੀਆਂ ਕੌਮਾਂ ਨੂੰ ਉਹ ਕਹਿੰਦੇ ਹੁੰਦੇ ਬਈ ਫਿਰਕਾ ਪ੍ਰਸਤੀ ਉਦੋਂ ਵੀ ਬਹੁਤ ਸੀ ਬਿਲਕੁਲ ਬਿਲਕੁਲ ਜੀ ਉਹ ਫਿਰਕਾ ਪ੍ਰਸਤੀ ਦੇ ਕਾਰਨ ਉਹ ਸੋਚਦੇ ਸੀ ਵੀ ਸਾਡਾ ਗੋਰਿਆਂ ਦਾ ਦੇਸ਼ ਹੈ ਤੇ ਕਾਲੇ ਆ ਗਏ ਆ ਮਤਲਬ ਨਸਰਲਵਾਲ ਇੱਕ ਕੰਜ਼ਰਵੇਟਿਵ ਪਾਰਟੀ ਹੈ ਸ਼ਗੀਆ ਹੁਣ ਹੈਗੀ ਜੀ ਹੈਗੀ ਹਾਂ ਉਸ ਪਾਰਟੀ ਦੇ ਉਸ ਸਮੇਂ ਦਾ ਨੇਤਾ ਸੀਗਾ ਕਾਫੀ ਮੜਾ ਜੇ ਤੁਰਦੇ ਆ ਹਾਂਜੀ ਵੀ ਉਹਨੇ ਵੀ ਕਾਫੀ ਭੜਕਾਉ ਪਾਸ਼ਣ ਦਿੱਤੇ ਸੀਗੇ ਵੀ ਇਹਨਾਂ ਨੂੰ ਖਤਮ ਕਰੋ ਇਹਨਾਂ ਨੂੰ ਇੱਥੋਂ ਕੱਢੋ ਮਤਲਬ ਇਸ ਤਰ੍ਹਾਂ ਬੋਰਡ ਦਾ ਅਧਿਕਾਰ ਇਹਨਾਂ ਨੂੰ ਨਹੀਂ ਸੀ ਗੁਰਦੁਆਰੇ ਦੀ ਗੱਲ ਕਰੀਏ ਆਪਾਂ ਉਹ ਬਾਕੀ ਗੱਲਾਂ ਵੀ ਕਰਾਂਗੇ ਗੁਰਦੁਆਰੇ ਦੀ ਗੱਲ ਕਰੀ ਗੁਰਦੁਆਰਾ ਸਾਹਿਬ ਦੀ ਤਾਂ ਭਾਈ ਬਚਨਤ ਸਿੰਘ ਉਹ ਇਥੋਂ ਦਾ ਪਹਿਲਾ ਹੈੱਡ ਗ੍ਰਾਂਥੀ ਸੀ ਹਾਂਜੀ ਬਹੁਤ ਮਾਣ ਵਾਲੀ ਉਹ ਮੈਲ ਦੇ ਵਿੱਚ ਹੀ ਕੰਮ ਕਰਦਾ ਸੀ ਉਹ ਇਥੋਂ ਦਾ ਹੈੱਡ ਗ੍ਰਾਂਥੀ ਸੀ ਤੇ ਜਿੰਨਾ ਵੀ ਗੁਰਦੁਆਰਾ ਸਾਹਿਬ ਦਾ ਖਰਚਾ ਹੁੰਦਾ ਸੀਗਾ ਉਹ ਸਾਰਾ ਫਿਰ ਮਯੋ ਲੰਬਰ ਮੈਲ ਸੀ ਜਿਹੜੀ ਮਯੋ ਮਈਆ ਸਿੰਘ ਦੇ ਨਾਂ ਤੇ ਬਣੀ ਹੋਈ ਤੇ ਉਹਨਾਂ ਉਹ ਫਿਰ ਖਰਚਾ ਕਰਦੇ ਸੀ ਮਈਆ ਸਿੰਘ ਕਪੂਰ ਸਿੰਘ ਇਦੋਂ ਬਿਨਾ 14-15 ਹੋਰ ਹਿੱਸੇਦਾਰ ਸੀਗੇ ਤੇ ਛੋਟੇ ਤੇ ਬਾਅਦ ਵਿੱਚ ਸਾਰੇ ਰਲ ਮਿਲ ਕੇ ਚੀਜ਼ ਦਾ ਖਰਚਾ ਕਰਦੇ ਸੀ ਜਿਆਦਾ ਮਯੋ ਲੰਬਰ ਮੈਲ ਦੇ ਨਾਲ ਇਹਨਾਂ ਦੇ ਡਾਕਖਾਨਾ ਵੀ ਇਹਨਾਂ ਦੇ ਨਾਂ ਤੇ ਆ ਤੇ ਮਾ ਪਾਲ ਦੀ ਪਿੰਡ ਦੇ ਵਿੱਚ ਜਿਹੜਾ ਪਾਲਦੀ ਪੰਡੇ ਹੁਸ਼ਿਆਰਪੁਰ ਕੋਲੇ ਵੀ ਉਸੇ ਨਾਂ ਦੇ ਉੱਤੇ ਇਹ ਪਿੰਡ ਵਸਾਇਆ ਗਿਆ ਸੀਗਾ ਸਾਨੂੰ ਹੁਣ ਵੀ ਸੌਨਸਨਾ ਜਾਪਦੀ ਆ ਆ ਦੇਖ ਲਓ ਕਿਤੇ ਕੁਝ ਨਹੀਂ ਹੁਣ ਵੀ ਸੌਨਸਨਾ ਜਾਪਦੀ ਆ ਤੇ ਉਹਨਾਂ ਵੇਲਾਂ ਦੇ ਵਿੱਚ ਕਿਵੇਂ ਸੀ ਪਿੰਡ ਵਿੱਚ ਬਸ ਗਿਆ ਸੀਗਾ ਹਾਂ ਤੇ ਹੁਣ ਇੱਥੇ ਹੈ ਨਹੀਂ ਗੀ ਬਸ ਹੁਣ ਬਸੋਂ ਹੈ ਨਹੀਂ ਲਗਭਗ ਪਰੇ ਹੋ ਰਹੀ ਹੋਗੀ ਮਤਲਬ ਵੀ ਉਹਨਾਂ ਵੇਲਾਂ ਚ ਕਿੰਨਾ ਯਾਰ ਸਨਸਨੀ ਫੈਲੀ ਹੋਗੀ ਇਹਨਾਂ ਦੇ ਆਉਣ ਦੇ ਕਾਰਨ ਹੋਰ ਵੀ ਦੱਸੇ ਜਾਂਦੇ ਕਿ ਉਦੋਂ ਪਹਿਲਾਂ ਨਾ ਮਹਾਰਾਣੀ ਦੇ ਨਾਲ ਵੀ ਕੁਝ ਪਰਿਵਾਰ ਆਏ ਸੀ ਪਹਿਲਾਂ ਸਿੱਖ ਤੋ ਗਾਰਡ ਵਜੋਂ ਕੰਮ ਕਰਦੇ ਸੀ ਉਹ ਇੱਥੇ ਇਸ ਧਰਤੀ ਦੇ ਉੱਤੇ ਆਏ ਸੀਗੇ ਪਰ ਹੌਲੀ-ਹੌਲੀ ਫਿਰ ਉਹ ਹਾਰਾਪੁਰ ਵਾਲੇ ਦਬਾਬਾ ਜ਼ਿਆਦਾਤਰ ਸਾਨੂੰ ਜ਼ਿਆਦਾਤਰ ਕੋਈ 50 ਸਾਲ ਕੋ 60 70 ਸਾਲ ਕੱਲ ਮੈਂ ਇੰਟਰਵਿਊ ਕੀਤੀ ਉਹ ਉਹਦਾ ਪੜਨਾਨਾ ਆਇਆ ਸੀਗਾ 1906 ਦੇ ਵਿੱਚ ਹੀ ਦੇਖੋ ਜੀ ਤੇ ਕਾਮਾਗਾਟਾ ਮਾਰੂ ਦੀ ਘਟਨਾ ਹੋਈ ਹੈ 1914-15 ਦੇ ਵਿੱਚ ਉਸ ਜਹਾਜ਼ ਨੂੰ ਵੀ ਫੰਡਿੰਗ ਦੇਣ ਦੇ ਵਿੱਚ ਇਸ ਮਿਲ ਦਾ ਯੋਗਦਾਨ ਮੰਨਿਆ ਜਾਂਦਾ ਵਾ ਬਾ ਮੀਵਾ ਸਿੰਘ ਜੀ ਉਹਨਾਂ ਦਾ ਵੀ ਜ਼ਿਕਰ ਮਿਲਦਾ ਜਿਹਨਾਂ ਹੌਪਕਿੰਸਨ ਨੂੰ ਮਾਰਿਆ ਸੀਗਾ ਹਾਂਜੀ ਹਨਾ ਉਹ ਸ਼ਹੀਦ ਹੋਏ ਸੀ ਬਹੁਤ ਸਾਰਾ ਇਤਿਹਾਸ ਜੁੜਿਆ ਹੋਇਆ ਪੰਜਾਬੀਆਂ ਦਾ ਗੁਰਦੁਆਰਾ ਸਾਹਿਬ ਉਸ ਸਾਈਡ ਰਹਿ ਗਿਆ ਆਪਾਂ ਚੱਲਦੇ ਤੇ ਗੱਲਾਂ ਕਰਦੇ ਆਂ ਹਾਂਜੀ ਆ ਅੱਜ ਇਧਰਲੇ ਪਾਸੇ ਗੁਰਦੁਆਰਾ ਸਾਹਿਬ 'ਚ ਆਪਾਂ ਐਂਟਰੀ ਕਰਨ ਲੱਗੇ ਆਂ ਆ ਦਿਖਾਦੇ ਆਂ ਇਹ ਗੁਰਦੁਆਰਾ ਸਾਹਿਬ ਦੀ ਇਮਾਰਤ ਆ ਸਾਰੀ ਲੱਕੜ ਦੀ ਬਣੀ ਹੋਈ ਆ ਤੇ ਉਹਨਾਂ ਵੇਲੇ ਦੀ ਬਣੀ ਹੋਈ ਹੈ ਕੁਝ ਨਵੇਂ ਸੁਧਾਰ ਹੋਏ ਸੀਗੇ ਤਦ ਦੇਖ ਸਕਦੇ ਹੋ ਤੁਸੀਂ ਅੰਦਰੋਂ ਜਿਹੜਾ ਕੰਮ ਹੋਇਆ ਨਾ ਦਰਬਾਰ ਸਾਹਿਬ ਦੇ ਵਿੱਚ ਅੰਦਰ ਦਰਬਾਰ ਹਾਲ ਦੇ ਵਿੱਚ ਉਹ ਕੰਮ ਜਾਪਾਨੀ ਕਾਮਿਆਂ ਨੇ ਕੀਤਾ ਸੀਗਾ ਜਾਪਾਨੀ ਕਿਉਂਕਿ ਉਦੋਂ ਬਾਅਦ ਚ ਨਵੇਂ ਨਿਰਮਾਣ ਵਿਹੋ ਬਾਅਦ ਜਮਾਨ ਨੇ ਕਿਹੜਾ ਜਾਪਾਨੀ ਆ ਨਹੀਂ ਕੀਤਾ ਸੀਗਾ ਉਹ ਤੇ ਇਹ ਨਿਸ਼ਾਨ ਸਾਹਿਬ ਲੱਗਿਆ ਹੋਇਆ ਇਧਰਲੇ ਪਾਸੇ ਤਾਂ ਜਿਵੇਂ ਕਿ ਕੈਨੇਡਾ ਦੇ ਵਿੱਚ ਲੱਕੜ ਦੇ ਹੀ ਜਿਆਦਾ ਖੰਭੇ ਲੱਗਦੇ ਆ ਹਨਾ ਲੰਬਾਈ ਵਾਲਾ ਕੰਮ ਲੱਕੜ ਦਾ ਹੀ ਇਹ ਵੀ ਨਿਸ਼ਾਨ ਸਾਹਿਬ ਲੱਕੜ ਦਾ ਵਾ ਮਤਲਬ ਇਹ ਟ੍ਰੀਟ ਕੀਤੀ ਹੋਈ ਲੱਕੜ ਹੁੰਦੀ ਹੈ ਮਹਿੰਗੀ ਲੱਕੜ ਹੁੰਦੀ ਆ ਤਾਂ ਨਿਸ਼ਾਨ ਸਾਹਿਬ ਅੱਜ ਵੀ ਇੱਥੇ ਲੱਗਿਆ ਹੋਇਆ ਗੁਰੂ ਸਾਹਿਬ ਦੀ ਮਿਹਰ ਆ ਆਜੋ ਇਧਰਲੇ ਪਾਸੇ ਚੱਲ ਗਏ ਬਹੁਤ ਸਾਫ ਸਫਾਈ ਵਾਲਾ ਪੌੜੀਆਂ ਚੜ੍ਹਦੀਆਂ ਨੇ ਤਾਂ ਆ ਇਧਰਲੇ ਪਾਸੇ ਜਾਵਾਂਗੇ ਤਾਂ ਆਪਾਂ ਕਰਨ ਵਿਰਾਜ ਆਜੋ ਤੇ ਆ ਦੇਖ ਸਕਦੇ ਹੋ ਤੁਸੀਂ ਆਪਾਂ ਗੁਰਦੁਆਰੇ ਦੇ ਉੱਪਰ ਚੱਲੇ ਆਂ ਦਰਬਾਰ ਖਾਲ ਦੇ ਵਿੱਚ ਆਪਾਂ ਜਾ ਕੇ ਉਦਾਂ ਆਪਾਂ ਵੀਡੀਓ ਦੀ ਵੀਡੀਓ ਦਿਖਾ ਦਾਂਗੇ ਕਿਉਂਕਿ ਆਪਾਂ ਆਵਾਜ਼ ਦਾ ਨਾ ਰੱਖਣਾ ਹੁੰਦਾ ਮਰਿਆਦਾ ਜੋ ਤਾਂ ਆਪਾਂ ਬਾਰੋਂ-ਬਾਰੋਂ ਹੀ ਦਿਖਾ ਰਹੇ ਹਾਂ ਇਸ ਵਕਤ ਆਜੋ ਕਰਨ ਆ ਦੇਖ ਸਕਦੇ ਹੋ ਇਹ ਗੁਰਦੁਆਰਾ ਸਾਹਿਬ ਦੇ ਬਾਹਰ ਜੋ ਹੁੰਦਾ ਬਾਰੇ ਪਸੇ ਜਾਣ ਪ੍ਰਕਰਮ ਆ ਲਈ ਕਹਿ ਸਕਦੇ ਆ ਜਾਂ ਉਦਾਂ ਮਤਲਬ ਇਹ ਸਾਰਾ ਤੇ ਨਜ਼ਰ ਆਊਗਾ ਮਤਲਬ ਸ਼ਕਤ ਵੀ ਇੱਕ ਟੇਪਰ ਬਣੀ ਹੋਈ ਆ ਇੱਥੇ ਮਕੋਲ ਦੇ ਵੀ ਰਹੇ ਆ ਮਤਲਬ ਕੋਲ ਵੀ ਕਰਾਉਂਦੇ ਰਹੇ ਆ ਸਾਰਾ ਤੁਹਾਨੂੰ ਸਕਰੀਨ ਤੇ ਦਿਖਜੂਗਾ ਚਲੋ ਅੱਗੇ ਚੱਲ ਕੇ ਹੋਰ ਵੀ ਆਪਾਂ ਗੱਲਬਾਤ ਕਰਦੇ ਆ ਦਰਸ਼ਕੋ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਦੇਖਣ ਲਈ ਨਾ ਦੀਵਾਨ ਖਾਲਸਾ ਖਾਲਸਾ ਦੀਵਾਨ ਸੁਸਾਇਟੀ ਬੀਸੀ ਪਾਲਦੀ ਬਣਾਈ ਗਈ ਸੀਗੇ ਕੁਝ ਪੁਰਾਣੀਆਂ ਚੀਜ਼ਾਂ ਕਦੇ ਮਿਲ ਜ ਨੇ ਬਾਕੀ ਸਾਰਾ ਨਿਸ਼ਾਨ ਮਟ ਚੁੱਕੇ ਆ ਲਗਭਗ ਤੁਸੀਂ ਜਿਵੇਂ ਕਿ ਦੇਖ ਸਕਦੇ ਹੋ ਤੱਕ ਬੀਆ ਬਾਂ ਰਹਿ ਗਿਆ 800 ਏਕੜ ਨੇ ਉਹਨਾਂ ਦੇ ਖਾਨਦਾਨ ਚੋ ਹਜੇ ਹੈਗੇ ਨੇ ਮਰਤ ਪਰ ਮਯੋ ਸਿੰਘ ਆਖਰ ਤੱਕ ਬਹੁਤ ਉਦਾਸ ਹੋ ਗਿਆ ਸੀਗਾ ਉਹਨਾਂ ਵੇਲੇ ਚ ਇੱਕ ਆਉਣ ਦਾ ਬਾਈ ਜੀ ਇੱਕ ਹੋਰ ਵੀ ਸੀ ਤਰੀਕਾ ਜਿਵੇਂ ਕਲਕੱਤੇੋਂ ਤੁਰਨਾ ਉਹਨਾਂ ਵੇਲਿਆਂ ਦੇ ਵਿੱਚ ਕਲਕੱਤੇ ਤੋਂ ਲੈ ਕੇ ਅਮਰੀਕਾ ਤੱਕ 75 ਡਾਲਰ ਲੱਗਦੇ ਹੁੰਦੇ ਸੀ ਸਿਰਫ ਔਰ ਸਿਰਫ ਕਰਨ ਬਰਾਜ ਇਧਰਲੇ ਪਾਸੇ ਆ ਜਾ ਆਪਾਂ ਉਧਰੋਂ ਨੰਗਾਗੇ ਸ਼ਾਇਦ ਤੁਹਾਨੂੰ ਸਹੀ ਤਰੀਕੇ ਨਾਲ ਤੁਸੀਂ ਫਰਮਾ ਸਕੋ ਤੈਨੂੰ ਦਿੱਕਤ ਨਾ ਆਵੇ 75 ਰੁਪਏ ਲੱਗਦੇ ਸੀ ਕਈ ਫ੍ਰੀ ਵੀ ਆ ਜਾਂਦੇ ਸੀ ਉਹ ਫ੍ਰੀ ਕਿਵੇਂ ਆਏ ਜਾਂਦੇ ਸੀਗੇ ਬਈ ਕਹਿੰਦਾ ਨਾ ਅਸੀਂ ਸ਼ਿਪ ਦੇ ਵਿੱਚ ਕੋਲੇ ਵਾਲੀ ਸੇਵਾ ਲੈ ਲਾਂਗੇ ਉਹ ਫੇਰ ਕੋਲਾ ਪਾਉਂਦੇ ਤੁਰੇਉਂਦੇ ਸੀ ਜਿਹਦੇ ਕਰਕੇ ਮਤਲਬ ਫਿਰ ਉਹ ਉਹ ਫਰੀਆਂ ਕੋ ਮੂੰਹ ਲਿਬੜ ਜਾਂਦੇ ਸੀ ਬੁਰੇ ਹਾਲ ਹੋਏ ਮਤਲਬ ਐ ਇੱਕ ਮਤਲਬ ਇੱਕ ਸਾਲ ਦੇ ਨੇੜੇ ਤੇ ਲਗਭਗ ਸਮਾਂ ਲਾ ਦਿੰਦੇ ਸੀ ਪਰ ਆ ਜਾਂਦੇ ਵਿੰਗੇ ਟੱਡੇ ਰਾਹਾਂ ਥਾਣੀ ਆਓ ਇਧਰਲੇ ਪਾਸੇ ਚੱਲੇ ਗਏ ਆਪਾਂ ਉਹਨਾਂ ਦੀ ਜ਼ਮੀਨ ਦੇ ਵਿੱਚ ਹੀ ਫਿਲਹਾਲ ਫਿਰ ਰਹੇ ਹਾਂ 800 ਏਕੜ ਹੁੰਦਾ ਸੀਗਾ ਉਹਨਾਂ ਦਾ ਮਾਇਓ ਸਿੰਘ ਦਾ ਮਤਲਬ ਜਿਹੜਾ ਅਸੀਂ ਕਾਰਖਾਨਾ ਤੇ ਬਹੁਤ ਵਾਰੀ ਫੇਲ ਹੋਏ ਸੀ ਜਦੋਂ ਨਾ ਇਹਨਾਂ ਦੇ ਨਾਲ 35 ਕਮੇ ਸੀਗੇ ਮਯੋ ਸਿੰਘ ਦੇ ਨਾਲ ਮਯੋ ਸਿੰਘ ਨੇ ਸੋਚਿਆ ਮਈਆ ਸਿੰਘ ਪੂਰਾ ਨਾਸੀ ਪਰ ਮਯੋ ਸਿੰਘ ਦੇ ਨਾਲ ਨਾਲ ਮਸ਼ਹੂਰ ਇਸ ਕਰ ਕਿਵੇਂ ਮਯੋ ਸਿੰਘ ਵਾਰ-ਵਾਰ ਕਰਿਆ ਉਹਨਾਂ ਨੇ ਬਈ 35 ਕਿੱਲੇ ਜ਼ਮੀਨ ਲੈ ਲਈ 40 35 ਨਹੀਂ 40 ਕਿੱਲੇ ਉਹ ਚਲਾ ਲਏ ਆਲੂ ਤੇ ਆਲੂ ਜਦੋਂ ਇਹਨਾਂ ਨੂੰ ਆਲੂ ਪੱਟਣ ਦਾ ਵੇਲਾ ਆ ਆਲੂ ਹੋਗੇ ਸਸਤੇ ਜਿਵੇਂ ਆਪਣੇ ਹੁਣ ਪੰਜਾਬ 'ਚ ਹੁੰਦਾ ਉਹ ਫੇਰ ਕਹਿੰਦੇ ਵੀ ਕੋਈ ਮੁਫਤ ਨੂੰ ਚੱਕਣ ਨੂੰ ਵੀ ਤਿਆਰ ਨਹੀਂ ਸੀ ਇਹ ਰੇਟ ਤੇ ਤੇ ਫੇਰ ਉਹ ਸੱਟ ਕੇ ਆਏ ਕਿਤੇ ਕਹਿੰਦੇ ਵੀ ਸੂਰਾ ਨੂੰ ਪਾ ਲੋ ਚਲਾਏ ਮੋੜੋ ਸਭ ਤੋਂ ਪਹਿਲਾ ਕੰਮ ਤੇ ਘਾਟ ਵਾਲਾ ਕੰਮ ਸੀ ਪਰ ਹਾਰ ਨਹੀਂ ਸੀ ਮੰਗੀ ਮੰਨੀ ਮਇਓ ਸਿੰਘ ਨੇ ਕਾਫੀ ਨਾ ਜੰਗਲਾ ਹੈ ਨਾ ਸੱਪ ਸਰੂਪ ਹੀ ਨਹੀਂ ਇੱਥੇ ਹੁੰਦੀਆਂ ਨਾ ਸੱਪ ਬਹੁਤ ਘਾਟ ਨਹੀਂ ਪਾਇ ਦੇਖੇ ਨਹੀਂ ਕਦੇ ਹਾਂ ਦੇਖ ਸਕਦੇ ਜੰਗਲੀ ਏਰੀਆ ਜਿਹਾ ਤੁਹਾਨੂੰ ਨਜ਼ਰ ਆਊਗਾ ਤੇ ਤੇ ਉੱਥੋਂ ਫਿਰ ਖਾਰ ਨਹੀਂ ਸੀ ਮੰਗੀ ਉਦੋਂ ਬਾਅਦ ਕਈ ਕੰਮ ਤੋਰੇ ਫਿਰ ਇੱਕ ਨਾ ਅੰਗਰੇਜ਼ ਦੇ ਨਾਲ ਹਿੱਸੇਦਾਰੀ ਕੀਤੀ ਸਟੋਨ ਨਾਂ ਦਾ ਮਿਸਟਰ ਸਟੋਨ ਸੀ ਕੁਛ ਨਾ ਉਹਦਾ ਉਹਨਾਂ ਨੇ ਹਿੱਸੇਦਾਰੀ ਕੀਤੀ ਕਿਉਂਕਿ ਉਦੋਂ ਸਿੱਧੇ ਕੋਈ ਵੀ ਬੰਦਾ ਗੈਰ ਗੋਰਿਆਂ ਤੋਂ ਬਿਨਾ ਕੋਈ ਹੋਰ ਗੋਰਿਆਂ ਤੋਂ ਬਿਨਾ ਕੋਈ ਗੈਰ ਇੱਥੋਂ ਦਾ ਸਨੀਕ ਉਹ ਫੈਕਟਰੀ ਨਹੀਂ ਸੀ ਪਾਸ ਕਰਦਾ ਫਿਰ ਉਹਨੂੰ ਹਿੱਸੇਦਾਰ ਬਣਾ ਕੇ ਪਟੇ ਦੇ ਉੱਤੇ ਨੋਟਰੀ ਵਾਲੇ ਤੋਂ ਲਿਖਾਇਆ ਵੀ ਪਟੇ ਤੇ ਲੈ ਲਈ ਅੱਧਾ ਕਪੂਰ ਸਿੰਘ ਨੇ ਤੇ ਕੁਝ 14-15 ਹਿੱਸੇਦਾਰ ਹੋਰ ਬਣਾ ਲਏ ਫਿਰ ਜਦੋਂ ਉਹ ਲੰਬਰ ਫੈਕਟਰੀ ਮੰੰਦਾਚਾਰੇ ਪਾਸੇ ਸੀਗਾ ਇਹ ਫੈਕਟਰੀ ਚੱਲ ਪਈ ਉਹ ਫਿਰ ਉਹ ਗੋਰੇ ਦਾ ਕੀਤਾ ਯਾਰ ਮੈਂ ਕੰਮ ਚ ਚੱਲ ਪੈ ਲੁੱਟ ਹੋ ਗਿਆ ਮੈਂ ਕਬਜ਼ਾ ਕਰਾਂ ਵੀ ਇਹਨਾਂ ਨੂੰ ਭਜਾ ਦਿਆਂ ਤੇ ਜਿਹੜੇ ਸੀਗੇ ਉਹਨਾਂ ਨੇ ਫਿਰ ਮੂਰ ਪਹਿਲਾਂ ਤਾਂ ਉਹਨਾਂ ਨੂੰ ਸਮਝਾਇਆ ਪਿਆਨਲ ਵੀ ਇਦਾਂ ਗੱਲ ਨਹੀਂ ਤੇ ਉੱਥੋਂ ਸਾਰੀ ਲਖਤੀ ਲਖਤ ਪੜਤ ਹੋਈ ਐ ਸਾਰੀ ਪਰ ਜਦੋਂ ਇਧਰੋਂ ਆਪਣੇ ਪੰਜਾਬੀਆਂ ਨੇ ਚੱਕਿਆ ਮੂਰ ਨੂੰ ਕਰੜੇ ਹੋਏ ਕਰੜੇ ਹੱਥੀ ਹੋਏ ਤੇ ਫਿਰ ਉਦੋਂ ਬਾਅਦ ਕਿਹਨੂੰ ਦੱਸਦੇ ਆ ਵੀ ਗੋਰੇ ਨੂੰ ਗੋਰਾ ਲੱਭਿਆ ਤੱਕ ਨਹੀਂ ਸੀ ਕਦੇ ਉਹ ਦੇਖਿਆ ਵੀ ਨਹੀਂ ਗਾ ਨੇੜ ਤੇੜ ਉਹ ਚੀਨਿਆਂ ਨੂੰ ਕੁੱਟ ਜਾਂਦੇ ਸੀ ਤੇ ਜਾਪਾਨੀ ਉਹਨਾਂ ਨੂੰ ਮਤਲਬ ਗੋਰੇ ਜਾਪਾਨੀਆਂ ਤੋਂ ਵੀ ਡਰਦੇ ਸੀ ਤੇ ਪੰਜਾਬੀਆਂ ਤੋਂ ਵੀ ਡਰਦੇ ਸੀ ਚੀਨੇ ਡਰੂ ਸੀਗੇ ਉਹਦੋਂ ਮੁਕਾਬਲਾ ਨਹੀਂ ਸੀ ਕਰਦੇ ਹਨਾ ਕੁਝ ਪੁਰਾਣੀ ਸਕ੍ਰੈਪ ਵਗੈਰਾ ਪਈ ਐ ਇਸ ਤਰੀਕੇ ਦੇ ਨਾਲ ਮਤਲਬ ਸਮਾਂ ਬੀਤ ਗਿਆ ਹਨਾ ਬਹੁਤ ਸਾਰੇ ਕੰਮ ਕੀਤੇ ਜਿਵੇਂ ਇਥੋਂ ਲੱਕੜ ਦਾ ਮਹਿੰਗਾ ਹੋ ਗਿਆ ਸ ਮਸ਼ੀਨ ਚਲਾਉਣ ਦੇ ਲਈ ਵੀ ਮਇਓ ਸਿੰਘ ਨੇ ਆਪਦਾ ਇੱਕ ਦੋਸਤ ਰੱਖਿਆ ਸੀਗਾ ਜਿਹੜਾ ਸਾਰੀ ਮਸ਼ੀਨ ਨੂੰ ਚਲਾਉਂਦਾ ਹੁੰਦਾ ਸੀ ਇਸ ਤੋਂ ਬਿਨਾ ਸਕੂਲ ਖੋਲੇ ਸਾਂਝਾ ਸਕੂਲ ਸੀ ਸਾਰੇ ਕਮਿਊਨਿਟੀਆਂ ਦਾ ਸਾਂਝਾ ਸਕੂਲ ਖੋਲਿਆ ਜਿਵੇਂ ਸਿੱਖਾਂ ਲਈ ਤਾਂ ਗੁਰਦੁਆਰਾ ਬਣਾਇਆ ਸੀ ਚੀਨਿਆਂ ਲਈ ਵੀ ਉਹਦੇ ਪ੍ਰਾਰਥਨਾ ਹਾਲ ਬਣਾਏ ਗਏ ਜਿਹੜੇ ਹੋਰ ਕਮਿਊਨਿਟੀ ਦੇ ਸੀ ਕਿ ਗਿਰਜ਼ਾ ਘਰ ਬਣਾਏ ਗਏ ਹਨਾ ਹਰ ਬੰਦੇ ਦਾ ਖਿਆਲ ਰੱਖਿਆ ਜਪਾਨੀਆਂ ਦੇ ਚੀਨੀਆਂ ਦੇ ਰਹਿਣ ਦੇ ਲਈ ਬੰਗਲੇ ਆੜ-ਆੜ ਹੁੰਦੇ ਸੀਗੇ ਵੱਡੀ ਗੱਲ ਤੁਹਾਨੂੰ ਇਹ ਦੱਸ ਦਿਆਂ ਮੈਂ ਜਵਾਰ ਲਾਲ ਨਹਿਰੂ ਵੀ ਮਿਲਣ ਆਇਆ ਸੀਗਾ ਹਨਾ ਇਹ ਬਹੁਤ ਵੱਡੀ ਗੱਲ ਆ ਬਹੁਤ ਵੱਡੀ ਬਹੁਤ ਤੇ ਇਹ ਬਹੁਤ ਵੱਡੀ ਗੱਲ ਸੀ ਉਹਨਾਂ ਵੇਲੇ ਮਯੋ ਸੰਗ ਦੇ ਘਰੇ ਲੰਚ ਕੀਤਾ ਸੀ ਉਹ ਬੰਦੇ ਨੇ ਤੇ ਇੱਧਰਲੇ ਪਾਸੇ ਦਰਖਤ ਆਹ ਕਾਦੇ ਦਰਖਤ ਹੁੰਦੇ ਆ ਭਾਈ ਇਹ ਬਹੁਤ ਵਿਸ਼ਾਲ ਨੇ ਦੇਖ ਸਕਦੇ ਹੋ ਤੁਸੀਂ ਆਜੋ ਚੱਲਦੇ ਜਾਂਦੇ ਆ ਤੇ ਨਾਲੇ ਹੋਰ ਹਾਂਜੀ ਸੀਡਰ ਦੇ ਆ ਸੀਡਰ ਦੇ ਸੀਡਰ ਸੀਡਰ ਹਾਂਜੀ ਹਾਂ ਸੀਡਰ ਦੇ ਦਰਖਤ ਆ ਇਹ ਤੇ ਆ ਜੋ ਚਲਦੇ ਜਾਂਦੇ ਤੇ ਹੋਰ ਵੀ ਆਪਾਂ ਗੱਲਾਂ-ਬੱਤਾਂ ਕਰਦੇ ਆ 1936 ਦੇ ਵਚਨਪਾਲ ਦੀ ਡਾਕ ਘਰ ਵੀ ਬਣਿਆ ਸੀਗਾ ਤੇ ਡਾਕ ਘਰ ਫਿਰ ਸੁਨਾਦ ਤੇ ਫਿਰ ਪਿੰਡ ਦਾ ਨਾਮ ਵੀ ਮਤਲਬ ਸਾਰਾ ਮਸ਼ਹੂਰ ਹੋ ਗਿਆ ਸੀਗਾ ਪਾਲ ਦੀ ਪਾਲ ਦੀ ਮਸ਼ਹੂਰ ਹੋ ਗਿਆ ਸਾਰਾ ਇਸ ਤਰੀਕੇ ਨਾਲ ਸਫਰ ਬੀਤਦਾ ਗਿਆ ਮਯੂ ਸਿੰਘ ਨੂੰ ਦੁੱਖ ਕਦੋਂ ਹੋਇਆ ਕਿ ਜਦੋਂ ਕਪੂਰ ਸਿੰਘ ਜਿਹੜਾ ਹਿੱਸੇਦਾਰ ਸੀ ਉਹ ਅਲੱਗ ਹੋਇਆ ਤੇ ਉਹ ਤੋਂ ਬਿਨਾਂ ਕੋਈ ਪਰਿਵਾਰਕ ਮੌਤਾਂ ਉਹਦੀ ਧੀ ਦੀ ਮੌਤ ਉਹਦੇ ਮੁੰਡੇ ਦੀ ਮੌਤ ਉਹਨੂੰ ਹਲੂਣ ਕੇ ਲੱਗੀ ਉਦੋਂ ਲੋਕ ਕੋਈ ਸਿਗੇ ਮਤਲਬ ਪੰਜ ਤੋਂ ਬੱਚੇ ਸੀ ਮੇ ਵੀ ਤੇ ਉਹ ਕਾਦੋ ਉਹ ਫਿਰ ਉਹਨਾਂ ਸੱਟ ਗੈਰੀ ਵੱਜੀ ਉਹ ਬੰਦੇ ਨੂੰ ਬਾਕੀ ਜਿਹੜੇ ਪੰਜਾਬੀ ਹੋਰ ਨਾਲ ਆਏ ਸੀ ਉਹਨਾਂ ਨੇ ਫਿਰ ਅਲੱਗ-ਅਲੱਗ ਕਮਿਊਨਿਟੀਜ਼ ਵਿਆਹ ਕਰਾਏ ਉੱਥੋਂ ਫਿਰ ਸਮਝ ਲਓ ਕਿ ਖਾਤਮਾ ਜਾਂ ਸ਼ੁਰੂ ਹੋ ਜਾਂਦਾ ਪਹਿਲਾਂ ਜਿਹੜਾ ਸੀ ਉਹ ਮੁੰਡਾ ਸੀਗਾ ਰੰਜੀਦੀ ਨਾਮ ਸ਼ਾਇਦ ਸੀ ਉਹਦਾ ਉਹ ਮੁੰਡੇ ਦਾ ਵਿਆਹ ਉੱਥੇ ਇੰਡੀਆ ਕੀਤਾ ਗਿਆ ਇੰਡੀਆ ਚੋਂ ਆਪਣੇ ਭਾਈਚਾਰੇ ਦੀ ਕੁੜੀ ਸੀ ਪਰ ਉਦੋਂ ਬਾਅਦ ਚੋ ਅਮਰੀਕਨ ਕੁੜੀ ਦੇ ਨਾਲ ਵਿਆਹ ਕਰਾ ਲਿਆ ਉਹਨੇ ਉਦੋਂ ਬਾਅਦ ਸ਼ਰਮਾਇੋ ਸਿੰਘ ਨੂੰ ਬਹੁਤ ਗਹਿਰੀ ਸੱਟ ਲੱਗੀ ਉਹ ਬਰਦਾਸ਼ਤ ਨਹੀਂ ਕਰ ਪਾਇਆ ਸਾਦ ਮੈਂ ਇੱਕ ਘਰ ਵਾਲੀ ਉਹਦੀ ਚਲੇ ਗਈ ਮਤਲਬ ਕੱਲਾਪਣ ਹੋ ਗਿਆ ਮਤਲਬ ਬੜੀ ਵਧੀਆ ਹਾਲਤ ਨਹੀਂ ਹੋਈ ਪਰ ਜ਼ਮੀਨ 800 ਏਕੜ ਸ਼ਾਂਤੀ ਨਹੀਂ ਸੀ ਤੇ ਜਦੋਂ ਕਹਿੰਦੇ 1955 ਦੇ ਫਰਬਰੀ 22 ਫਰਬਰੀ ਸੀ 1955 ਨੂੰ ਪੂਰਾ ਹੋ ਗਿਆ ਸੀ ਮਯੋ ਸਿੰਘ ਉਹ ਪੰਜਾਬੀ ਤਾਂ ਜਦੋਂ ਕਹਿੰਦੇ ਬਾਈ ਜੀ ਉਹਦੀ ਮੌਤ ਹੋਈ برف ਦੇ ਵਿੱਚ ਗੋਰੇ ਚੀਨੇ ਸਭ ਖੜੇ ਰਹੇ برف ਪਈ ਗਈ ਸنو ਪੈਂਦੀ ਸੀਗੀ ਉਦੋਂ ਵਿੱਚ ਵੀ ਖੜੇ ਉਹਦੀ ਅਰਦਾਸ ਦੇ ਅੰਤਮ ਅਰਦਾਸ ਦੇ ਵੇਲੇ ਖੜੇ ਸੀ ਵੀਰ ਵੀ ਕਮਾਲ ਸੀ ਬੰਦਾ ਮਤਲਬ ਭਾਈਚਾਰੇ ਨੂੰ ਹਰ ਨੂੰ ਪਿਆਰ ਕਰਨ ਲਈ ਬਹੁਤ ਸਾਰੇ ਹੁਸ਼ਿਆਰਪੁਰ ਦੇ ਨੇੜੇ ਤੇ ਲੋਨ ਸਕੂਲ ਕਾਲਜ ਵੀ ਖੋਲੇ ਕਾਫੀ ਡੋਨੇਸ਼ਨਸ ਦਾਨ ਨਹੀਂ ਬੰਦਾ ਸੀਗਾ ਤੇ ਪੰਜਾਬੀਆਂ ਦੇ ਲਈ ਵੀ ਉਹਨੇ ਬਹੁਤ ਕੋਸ਼ਿਸ਼ੀਰੀ ਚ ਕੀਤਾ ਇੱਕ ਵੱਖਰੀ ਪਛਾਣ ਬਣਾਈ ਸੀ ਮਯੋ ਸਿੰਘ ਨੇ ਜਿਹਨੂੰ ਕਿ ਮਈਆ ਸਿੰਘ ਕਿਹਾ ਜਾਂਦਾ ਹੁਸ਼ਿਆਰਪੁਰ ਵਾਲੇ ਪਾਸਿਓਂ ਸੀ ਤੇ ਇਹ ਗੱਲਾਂ ਬਾਤਾਂ ਸੀ ਚਲੋ ਚੱਲਦੇ ਆ ਅੱਗੇ ਹੋਰ ਦੇਖਦੇ ਆ ਕੋਈ ਗੱਲਬਾਤ ਲੰਬੀ ਤਾਂ ਆਪਾਂ ਉਹ ਵੀ ਕਰਾਂਗੇ ਸੇਵਾ ਕਰੀ ਸਭ ਤੋਂ ਪਹਿਲਾਂ ਜਿਹੜੀ ਮੈਲ ਲਈ ਸੀ ਨਾ ਉਹ ਦਾ ਨਾਂ ਸੀ ਚੀਮ ਲੰਬਰ ਮੈਲ ਮਤਲਬ ਚੀਮ ਨਾ ਦਾ ਇਥੇ ਪਹਾੜ ਸੀ ਉਹਦੇ ਨਾਂ ਦੇ ਉੱਤੇ ਨਾਂ ਰੱਖਿਆ ਗਿਆ ਸੀ ਉਸ ਸਮੇਂ 1912-14 ਦੇ ਵਿੱਚ ਗੱਲ ਫੈਲ ਗਈ ਸੀ ਮੀਡੀਆ 'ਚ ਕੈਨੇਡਾ ਦੇ ਮੀਡੀਆ ਦੇ ਵਿੱਚ ਵੀ ਇੱਕ ਗੈਰ ਗੋਰੇ ਨੇ ਮਤਲਬ ਵੀ ਇੱਕ ਕੰਪਨੀ ਖਰੀਦ ਲਈਆ ਕਿਉਂਕਿ ਪਹਿਲਾ ਮੌਕਾ ਸੀਗਾ ਇਹ ਬਹੁਤ ਵੱਡੀ ਗੱਲ ਉਸ ਤੋਂ ਬਾਅਦ ਬੈਕ ਟੂ ਬੈਕ ਕੰਪਨੀ ਖਰੀਦ ਉਹਦੇ ਵਿੱਚ 1916 ਦੇ ਵਿੱਚ ਮਯੋ ਲੰਬਰ ਕੰਪਨੀ ਦਾ ਨਾਂ ਰੱਖ ਲਿਆ ਗਿਆ ਸੀ ਇਸ ਤਰੀਕੇ ਨਾਲ ਫੇ ਬਹੁਤ ਵਾਰੀ ਅੱਗਾਂ ਵੀ ਲੱਗ ਸਾਰੀ ਲੰਬਰ ਨੂੰ ਮੈਲ ਨੂੰ ਅੱਗ ਲੱਗ ਜਾਂਦੀ ਸੀ ਆ ਰਗਵੀਰ ਵੀ ਸਾਰੀ ਨੰਬਰ ਮੈਲ ਨੂੰ ਅੱਗ ਲੱਗ ਜਾਂਦੀ ਸੀ ਹਾਂਜੀ ਹਾਂਜੀ ਤੋਂ ਉਦੋਂ ਬਾਅਦ ਬਹੁਤ ਵਾਰੀ ਖਤਮ ਹੋਇਆ ਬਹੁਤ ਵਾਰੀ ਹਾਰਾਂ ਹੋਈਆਂ ਪਰ ਫਿਰ ਵੀ ਉਹ ਡਟਿਆ ਰਿਹਾ ਯਾਰ ਬੰਦੇ ਦਾ ਤਾਂ ਕਿਹਜਾ ਸੀਗਾ ਬਾਰ ਬਾਰ ਕਿੰਨੀ ਵਾਰੀ ਹਾਰਿਆ ਬੰਦਾ ਇੱਕ ਵਾਰੀ ਹਾਰ ਜੇ ਤਾਂ ਹਾਰ ਮੰਨ ਲੈਂਦਾ ਉਹਨੇ ਹਾਰ ਨਹੀਂ ਸੀ ਮੰਨੀ ਮਤਲਬ ਚੜ੍ਹਦੀ ਕਲਾ ਚ ਰਹਿ ਠੀਕ ਹੈ ਕਿ ਪਰਿਵਾਰ ਵੱਲੋਂ ਦਿੱਕਤ ਆਈਆਂ ਉਹਨਾਂ ਦੇ ਪਰਿਵਾਰ ਚੋਂ ਜੀ ਹਜੇ ਵੀ ਹੈਗੇ ਆ ਮੇਰੇ ਖਿਆਲ ਚ ਦੋਤਿਆਂ ਵਾਲੇ ਪਾਸੋਂ ਵੀ ਹੈਗੇ ਆ ਪਰਿਵਾਰ ਦੇ ਜੀ ਤੇ ਉਹਨਾਂ ਦੇ ਵਿੱਚ ਹੈਗੇ ਆ ਪਰ ਗੱਲ ਇਹ ਆ ਵੀ ਉਹਨੇ ਹਾਰ ਨਹੀਂ ਆਖਰ ਤੱਕ ਮੰਨੀ ਤੇ ਜੰਗਲਾਂ ਦੇ ਵਿੱਚ ਇਸ ਵਿਰਾਂ ਏਰੀਏ ਦੇ ਵਿੱਚ ਗੁਰੂ ਘਰ ਵੀ ਬਣਾਇਆ ਤਾਂ ਬਹੁਤ ਵੱਡਾ ਨਾਮਣਾ ਖਟਿਆ ਮਯੋ ਲੰਬਰ ਮਿਲ ਦੇ ਨਾਮ ਨਾਲ ਮਸ਼ਹੂਰ ਸੀਗੇ ਤੇ ਜਦ ਲੱਕੜ ਦਾ ਕੰਮ ਹੀ ਹੁੰਦਾ ਸੀ ਆੜ-ਆੜ ਥਾਵਾਂ ਤੇ ਜਾ ਕੇ ਪੈਸੀਫਿਕ ਰੇਲਵੇ ਲਾਈਨ ਬਿਛਾਉਂਦੇ ਸੀ ਅਮਰੀਕਾ ਵਾਲੇ ਤੇ ਕੈਨੇਡੀਅਨ ਪੈਸੀਫਿਕ ਰੇਲਵੇ ਲਾਈਨ ਉਹਨਾਂ ਦੇ ਲਾਈਨ ਦੇ ਬਣਾਉਂਦੇ ਸਮੇਂ ਇਹ ਬਹੁਤ ਸਾਰੇ ਚੀਨੇ ਜਪਾਨੀ ਵਗੈਰਾ ਸਾਰੇ ਉੱਥੋਂ ਲੰਬ ਲੈ ਲਈ ਸੀਗੀ ਲੇਬਰ ਉਹਨਾਂ ਨੇ ਲੈ ਕੇ ਫਿਰ ਕੰਮ ਚਲਾਇਆ ਸੀਗਾ ਮਤਲਬ ਆਪ ਵੀ ਨਹੀਂ ਡੋਲਿਆ ਤੇ ਨਾਲ ਦੇ ਨੂੰ ਡੋਲਣ ਵੀ ਨਹੀਂ ਦਿੱਤਾ ਉਹਨਾਂ ਪਰਿਵਾਰਾਂ ਨੂੰ ਵੀ ਆਪ ਦੇ ਨਾਲ ਹੀ ਰੱਖਿਆ ਤੇ ਕਮਾਗਾ ਟੂ ਵਰ ਮਾਰੂ ਦੇ ਜੋ ਘਟਨਾਕਰਮ ਹੋਇਆ ਉਹ ਜਹਾਜ਼ ਸੀ ਜਿਹੜਾ ਪਹਿਲਾਂ ਉਹਦੇ ਵਿੱਚ ਵੀ ਵਡਮੁੱਲੀ ਸੇਵਾ ਕੀਤੀ ਤੇ ਜਵਾਰलाल नेहरू ਨੇ ਆ ਕੇ ਸਪੈਸ਼ਲ ਧੰਨਵਾਦ ਕੀਤਾ ਸੀਗਾ ਉਹਨਾਂ ਵੇਲਿਆਂ ਦੇ ਵਿੱਚ ਤੇ ਇੱਕ ਗੱਲ ਹੋਰ ਖਾਸ ਦੱਸਣਾ ਕਿ ਜਿਹੜੀ ਮਸ਼ੀਨਾਂ ਵਾਲੀ ਗੱਲ ਸ਼ਾਇਦ ਰਹਿ ਗਈ ਸੀ ਵੀ ਜਿਹੜੀਆਂ ਮਸ਼ੀਨਾਂ ਚਲਾਉਣ ਲਈ ਮਯੋ ਸਿੰਘ ਦਾ ਇੱਕ ਦੋਸਤ ਸੀ ਉਹਨੂੰ ਰੱਖਿਆ ਗਿਆ ਸੀ ਉਹ ਮਸ਼ੀਨਾਂ ਚਲਾਉਂਦਾ ਹੁੰਦਾ ਸੀਗਾ Uh, I, I don't know if uh, museum is open or not. open. Uh, I think uh, locked nice. everything. Yeah, it's the oldest uh, uh, sick temple. Yeah. Cool. Uh, wow, well, your team is where going? Well, we're riding the, uh, the trail up to Lake Cowichan. And I heard <laughs> that there was a museum in the yeah. temple here, or yeah. in one of the buildings. Now, now locked, I think. Yeah. Locked? Now locked. Um, I don't know why locked, but uh, locked. can we can we read the i guess yes yes you can go yes you please 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 thank you yeah how are you good thank you yeah pata nahi angrezi mein sahi boli ke galat boli ya par danga sar liya ha angrezi bol ke bolde rehna chahida mainu ta lagda sahab ko ta pa jaanda hai na te aa dekh sakde ho tusi so agli wari nawa vishay leke milde ha dhanwaad lakhvir vire gaggi veer pata nahi kide passe nu gaya au da vi dhanwaad ਤਾਂ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਦੇ ਆਂ ਪੰਜਾਬੀਆਂ ਆਪ ਹੀ ਨਹੀਂ ਆਏ ਉਹ ਆਪਦੇ ਨਾਲ ਪਹਿਲਾਂ ਕੁਰਬਾਨੀਆਂ ਨੂੰ ਵੀ ਲੈ ਕੇ ਆਏ ਆ ਫਿਰ ਕਿਤੇ ਜਾ ਕੇ ਕੈਨੇਡਾ 'ਚ ਗੱਲ ਬਣੀ ਆ ਧੰਨਵਾਦ ਮਿਹਰਬਾਨੀ